ਕੈਨੇਡਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੀਆਂ ਰੈਲੀਆਂ ਨੂੰ ਰੱਦ ਕਰਵਾਉਣ ਤੋਂ ਬਾਅਦ ਹੁਣ ਸਿੱਖ ਫਾਰ ਜਸਟਿਸ ਵੱਲੋਂ ਆਮ ਆਦਮੀ ਪਾਰਟੀ ਦੇ ਵਿਰੋਧ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਉਸ ਬਾਰੇ ਜਦੋਂ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਹੈ ਕਿ ਜੇ ਉਹਨਾਂ ਦਾ ਕੈਨੇਡਾ ਦੇ ਵਿੱਚ ਵਿਰੋਧ ਹੁੰਦਾ ਹੈ ਤਾਂ ਉਹ ਕੈਨੇਡਾ ਨਹੀਂ ਜਾਣਗੇ। ਸੁੱਚਾ ਸਿੰਘ ਨੇ ਅਨਾਜ ਮੰਡੀ ਦਾ ਵੀ ਦੌਰਾ ਕੀਤਾ ਹੈ ਅਤੇ ਕੋਹਿਨੂਰ ਹੀਰੇ ਬਾਰੇ ਬੋਲਦਿਆਂ ਹੋਇਆਂ ਛੋਟੇਪੁਰ ਨੇ ਇਸ ਨੂੰ ਵਿਦੇਸ਼ ਮੰਤਰਾਲੇ ਦਾ ਮਸਲਾ ਦੱਸਿਆ ਹੈ, ਪਰ ਨਾਲ ਹੀ ਉਹਨਾਂ ਇਸ ਦੇ ਵਾਪਸ ਭਾਰਤ ਵਿੱਚ ਲਿਆਂਦੇ ਜਾਣ ਬਾਰੇ ਵੀ ਕਿਹਾ ਹੈ। ਉਹ ਜਥੇਬੰਦੀ ਪੁਰਾਣੀ ਆ, ਜੇ ਉਹ ਕਿਸੇ ਨੂੰ ਨਹੀਂ ਆਉਣ ਦਿੰਦੀ, ਉਹ ਕੈਨੇਡਨ ਦੇ ਕੈਨੇਡਾ ਦੇ ਸਿਟੀਜਨ ਨੇ, ਉਹ ਇੰਡੀਪੈਂਡੈਂਟ ਦੇਸ਼ ਆ, ਉੱਥੇ ਆਜ਼ਾਦੀ ਆ, ਉਹ ਕਿਸੇ ਨੂੰ ਵੀ ਡੱਕ ਸਕਦੇ ਆ, ਕਿਉਂਕਿ ਬਹੁਤਾ ਕੰਮ ਸਾਡੇ ਲੀਡਰਾਂ ਨੇ ਉੱਥੇ ਜਾ ਕੇ ਖਰਾਬ ਕੀਤਾ। ਉਸ ਮੁਲਕ 'ਚ ਜਿੱਥੇ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਭਾਈਵਾਲੀ ਆ, ਉਹ ਲੋਕ ਆਪਣੇ ਦੇਸ਼ ਦਾ ਅਪਮਾਨ ਨਹੀਂ ਬਰਦਾਸ਼ਤ ਕਰਦੇ। ਉਹਨਾਂ ਨੇ ਕਹਿਤਾ ਵੀ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਉੱਥੇ ਰਹੋ, ਸਾਡੇ ਕੋਲ ਆਉਣ ਦੀ ਲੋੜ ਨਹੀਂ। ਉਹਨਾਂ ਦੀ ਮਰਜ਼ੀ ਹੈ ਜੀ, ਅਸੀਂ ਉਹਨਾਂ ਦੀ ਬਾਂਹ ਥੋੜ੍ਹੀ ਮਰੋੜ ਸਕਦੇ ਹਾਂ। ਜੇ ਉਹ ਸਾਨੂੰ ਨਹੀਂ ਪਸੰਦ ਕਰਦੇ, ਅਸੀਂ ਨਹੀਂ ਜਾਵਾਂਗੇ। ਜੇ ਉਹ ਸਾਨੂੰ ਕਹਿਣਗੇ, ਸਮਝਣਗੇ ਅਸੀਂ ਚੰਗਾ ਕੰਮ ਕਰ ਰਹੇ ਹਾਂ ਕੋਈ ਇਨਸਾਨੀਅਤ ਵਾਸਤੇ, ਪੰਜਾਬ ਵਾਸਤੇ, ਅਸੀਂ ਕਰਪਸ਼ਨ ਦੇ ਗੁੰਡਾਗਰਦੀ ਨੂੰ ਤੋਂ ਲੋਕਾਂ ਨੂੰ ਨਜਾਤ ਦਿਵਾਉਣਾ ਚਾਹੁੰਦੇ ਹਾਂ, ਕਿਸਾਨ ਬਚਾਉਣਾ ਚਾਹੁੰਦੇ ਹਾਂ, ਇੰਡਸਟਰੀ ਬਚਾਉਣਾ ਚਾਹੁੰਦੇ ਹਾਂ, ਅਸੀਂ ਆਪਣੇ ਵਾਸਤੇ ਨਹੀਂ ਪੋਲੀਟਿਕਸ 'ਚ ਆਏ, ਤਾਂ ਫਿਰ ਆਪੇ ਉਹ ਚੰਗੇ ਬੰਦਿਆਂ ਨੂੰ ਅਲਾਓ ਵੀ ਕਰਨਗੇ। ਬਾਕੀ ਉਹਨਾਂ ਦਾ ਆਪਣਾ ਫਰਜ਼ ਹੈ, ਅਸੀਂ ਉਹਨਾਂ ਨੂੰ ਕੋਈ ਫੋਰਸ ਨਹੀਂ ਕਰ ਸਕਦੇ, ਜੋ ਮਰਜ਼ੀ ਕਰ ਸਕਦੇ। ਕੋਈ ਨੂਰ ਦਾ ਤਾਂ ਲੀਗਲੀ ਉਹ ਕਹੀ ਜਾਂਦੇ ਆ ਜੀ ਵੀ ਇਹ ਤਾਂ ਉਹ ਅਫਜ਼ਾਨੇ 'ਚ ਦਿੱਤਾ ਸੀਗਾ, ਜੁਰਮਾਨੇ ਦੇ ਰੂਪ 'ਚ ਲਿਆ ਸੀਗਾ, ਕੋਈ ਕਹੀ ਜਾਂਦਾ ਜੀ ਇਹਨਾਂ ਨੇ ਖੋ ਕੇ ਖੜਿਆ, ਉਹ ਟੈਕਨੀਕਲ ਗੱਲਾਂ ਨੇ। ਉਹ ਜਿਸ ਦਿਨ ਅਸੀਂ ਉਸ ਅਵਸਥਾ 'ਚ ਆਏ ਅਤੇ ਉੱਥੇ ਗੱਲ ਕਰਾਂਗੇ। ਹੁਣ ਉਹ ਫਾਰਨ ਮਿਨਿਸਟਰੀ ਦਾ ਕੰਮ ਆ, ਦੇਸ਼ ਦੀ ਸਰਕਾਰ ਦਾ ਕੰਮ ਆ, ਅਸੀਂ ਜ਼ਰੂਰ ਇਹ ਚਾਹਾਂਗੇ ਕਿ ਕੋਹਿਨੂਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਵੇਲੇ ਜਦੋਂ ਇੱਥੇ ਰਾਜ ਸੀ, ਖਾਲਸਾ ਰਾਜ, ਉਸ ਵੇਲੇ ਦੀ ਉਹ ਹੈਗੀ ਆ ਚੀਜ਼, ਉਹ ਵਾਪਸ ਆਉਣੀ ਚਾਹੀਦੀ ਆ, ਉਹਦੇ ਬਾਰੇ ਕੋਈ ਦੋ ਰਾਵਾਂ ਨਹੀਂ।